ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅੱਜ ਅਸੀਂ ਜਾਰੀ ਰੱਖਿਆ ਹੋਇਆ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ, ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਲੈ ਕੇ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਲੈ ਕੇ ਕਿ ਕਿਸ ਦਿਸ਼ਾ ਵੱਲ ਤੁਰ ਰਹੀ ਹੈ ਆਮ ਆਦਮੀ ਪਾਰਟੀ ਔਰ ਕੀ ਰੋਡ ਮੈਪ ਹੈ ਉਹਨਾਂ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ, ਪੰਜਾਬ ਦੇ ਭਵਿੱਖ ਨੂੰ ਲੈ ਕੇ, ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਤੇ ਆਪਣੀ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਲੀਡਰਸ ਹਨ ਉਹਨਾਂ ਨੂੰ ਲੈ ਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਨਾਲ ਕਾਫੀ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਲੰਡਨ ਤੋਂ ਬੋਲਦਾ ਜੀ, ਹੈਲਟਨ ਤੋਂ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਗਾ ਜੀ, ਆਪਾਂ ਸਾਰੇ ਜੀ ਕਹੀ ਜਾਂਦੇ ਹਾਂ ਵੀ ਕੇਜਰੀਵਾਲ ਦਾ ਉਹ ਇਹ ਕੀਤਾ ਉਹ ਕੀਤਾ ਜੀ, ਪਰ ਉਹਦੀਆਂ ਜਿੰਨੇ ਕੰਮ ਚੰਗੇ ਕੀਤੇ ਉਹ ਕਿਸੇ ਨੇ ਨਹੀਂ ਦੇਖੇ ਜੀ। ਮੈਂ ਚਾਹਾਂਗਾ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਉਹਨਾਂ ਦੇ ਚੰਗੇ ਕੰਮ। ਹਾਂਜੀ ਜੀ, ਦੇਖੋ ਜੀ, ਜਿੰਨੇ ਕੋਈ ਵੀ ਨਵੀਂ ਪਾਰਟੀ ਉੱਠਦੀ ਉਹਨੂੰ ਤੋੜਨ ਲਈ ਵੋਟ ਪਾਓ ਤੇ ਰਾਜ ਕਰੋ, ਉਹਨੂੰ ਤੋੜਨ ਲਈ ਕੋਸ਼ਿਸ਼ ਪੂਰੀ ਕਰਦੇ ਆ ਜੀ, ਅਕਾਲੀ ਸਰਕਾਰ ਵੀ ਜੀ ਤੇ ਕਾਂਗਰਸ ਸਰਕਾਰ ਵੀ ਜੀ, ਕਿ ਇਹ ਚਾਹੁੰਦੇ ਆ ਵੀ ਇਹ ਪਾਰਟੀ ਜੇ ਉੱਠ ਗਈ ਤਾਂ ਇਹ ਸਾਡੇ ਖਿਲਾਫ਼ ਹੋ ਜਾਣੀ, ਸਾਡੇ ਇਹਨਾਂ ਨੇ ਪੋਤੜੇ ਖੋਲ ਦੇਣੇ ਆ। ਓਕੇ, ਤੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ, ਖਹਿਰਾ ਸਾਹਿਬ ਵੀ ਕਾਂਗਰਸ ਵਿੱਚ ਸੀ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਚਨਬੰਧ ਹੈ ਔਰ ਫਿਕਰਮੰਦ ਹੈ? ਭਾਜੀ ਸਹੀ ਹੋਊਗਾ ਜੀ ਜੇ ਉਹਨਾਂ ਨੂੰ ਤੁਸੀਂ ਮੌਕਾ ਦਿਓਗੇ। ਠੀਕ ਹੈ, ਤੇ 2017 ਦੇ ਵਿੱਚ ਜਿਵੇਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਮੌਕਾ ਦਿੱਤਾ, ਤੁਹਾਨੂੰ ਲੱਗਦਾ ਕਿ ਜਿਹੜਾ ਸੁਖਪਾਲ ਖਹਿਰਾ ਉਹਨਾਂ ਨੂੰ LOP ਤੋਂ ਜਿਹੜਾ ਹਟਾਇਆ ਗਿਆ ਔਰ ਜਿਹੜਾ ਨਵਾਂ LOP ਬਣਾਇਆ ਗਿਆ, ਇਹ ਡਿਸੀਜਨ ਆਮ ਆਦਮੀ ਪਾਰਟੀ ਦਾ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ ਠੀਕ ਹੈ ਜਾਂ ਗਲਤ? ਭਾਜੀ ਤੁਸੀਂ ਇਹ ਸੋਚੋ ਵੀ ਹਰਪਾਲ ਸਿੰਘ ਖਹਿਰਾ ਵੀ ਕਾਂਗਰਸੀ ਸੀ ਜੀ, ਨਹੀਂ ਹੁਣ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਕਾਂਗਰਸ ਦੇ ਵੱਲ ਹੋ ਗਈ, ਯਾਨੀ ਕਿ ਕਾਂਗਰਸ ਦੀ ਹਿਮਾਇਤ ਕਰੇਗੀ? ਨਹੀਂ, ਕਾਂਗਰਸ ਆਮ ਆਦਮੀ ਪਾਰਟੀ ਨੂੰ ਖਹਿਰੇ ਨੂੰ ਲੈਣਾ ਨਹੀਂ ਚਾਹੀਦਾ ਸੀ ਜੀ। ਅੱਛਾ, ਜੇ ਹੁਣ ਜਿਹੜਾ ਲੀਡਰ ਆਪਣੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚਿਆ, ਚਾਹੇ ਉਹ ਵੱਖ ਵੱਖ ਲੀਡਰ ਸੀਗੇ, ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ, ਸੁਖਪਾਲ ਖਹਿਰਾ ਜਿਵੇਂ ਕਾਂਗਰਸ ਦੇ ਵਿੱਚ ਸੀਗੇ, ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਕਲੀਨ ਪੋਲੀਟਿਕਸ ਕਰਨਾ ਚਾਹੁੰਦਾ, ਡਰਟੀ ਪੋਲੀਟਿਕਸ ਨਹੀਂ ਕਰਨਾ ਚਾਹੁੰਦਾ। ਕਲੀਨ ਪੋਲੀਟਿਕਸ ਦੇ ਲਈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਜੇ ਤੱਕ ਕਲੀਨ ਹੈਗੀ ਹੈ ਅਤੇ ਇਸ ਕਰਕੇ ਮੈਂ ਪਾਰਟੀ ਜੁਆਇਨ ਕਰ ਰਿਹਾ। ਅਤੇ ਤੁਹਾਨੂੰ ਲੱਗਦਾ ਕਿ ਜਿਹੜਾ ਡਿਸੀਜਨ ਹੁਣ ਜਿਹੜਾ ਡਿਸੀਜਨ ਹੁਣ ਲਿਆ ਗਿਆ ਉਹ ਠੀਕ ਸੀਗਾ ਜਾਂ ਗਲਤ? ਮੈਂ ਤੁਹਾਡੇ ਤੋਂ ਪੁੱਛ ਰਿਹਾ ਜੀ। ਭਾਜੀ ਮੇਰੀ ਇੱਕ ਗੱਲ ਸੁਣੋ ਜੀ ਜੀ ਜੀ, ਤੁਸੀਂ ਸੀਨੀਅਰ ਹੋ ਜੀ ਜੀ ਜੀ, ਅਸੀਂ ਬਹੁਤ ਜੂਨੀਅਰ ਹੈ, ਤੁਸੀਂ 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 ਸਾਡੇ ਦਰਸ਼ਕ ਸੀਨੀਅਰ ਹੈਗੇ, ਮੈਂ ਤੇ ਇੱਕ ਲੇਮੈਨ ਸਵਾਲ ਸਿਰਫ ਇੱਕ ਤੁਹਾਡੇ ਨਾਲ ਰੱਖਿਆ ਤਾਂ ਕਿ ਦਰਸ਼ਕਾਂ ਨੂੰ, ਸਾਡੇ ਦਰਸ਼ਕਾਂ ਨੂੰ ਵੀ ਸਮਝ ਆਏ। ਮੇਰੀ 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 ਗੱਲ ਸੁਣੋ, ਜੀ ਜੀ ਜੀ, ਪਾਰਟੀ ਜੀ, ਕੋਈ ਵੀ ਪਾਰਟੀ ਜਿੱਦਾਂ ਕਾਂਗਰਸ ਲਾ ਲਓ ਜਾਂ ਅਕਾਲੀ ਦਲ ਲਾ ਲਓ ਜੀ ਜੀ ਜੀ, ਉਹ ਕਲੀਨ ਚਿੱਟ ਹੈਗੀ ਆ, ਉਹ ਰਿਸ਼ਵਤ ਨਹੀਂ ਖਾਂਦੀ, ਉਹਨਾਂ ਨੇ ਪੈਸਾ ਨਹੀਂ ਵੰਡਿਆ। ਅਸੀਂ ਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਏ, ਚਾਹੇ ਕਾਂਗਰਸ ਹੋਏ, ਚਾਹੇ ਉਹ BJP ਹੋਏ, ਜਦ ਉਹਨਾਂ ਦੀ ਉਹ ਐਨਾਲਿਸਿਸ ਅਸੀਂ ਕਰਦੇ ਹਾਂ, ਕੋਈ ਖਬਰ ਸਾਨੂੰ ਮਿਲਦੀ ਹੈ ਤਾਂ ਆਪਾਂ ਜ਼ਰੂਰ ਇਸ ਮੁੱਦੇ ਦੇ ਵਿੱਚ ਲੈ ਕੇ ਆਉਂਦੇ ਹਾਂ ਔਰ ਉਹਨਾਂ ਨੂੰ ਵੀ ਅਸੀਂ ਘੇਰਦੇ ਜ਼ਰੂਰ ਹਾਂ। ਅੱਜ ਅਸੀਂ ਗੱਲ ਆਮ ਆਦਮੀ ਪਾਰਟੀ ਦੀ ਕਰ ਰਹੇ ਹਾਂ, ਅੱਜ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ, ਅਤੇ ਮੈਂ ਸਿਰਫ ਇੱਕ ਸਵਾਲ ਪੁੱਛਿਆ ਕਿ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਵੇਂ ਹੁਣ ਦੇਣਗੇ, ਲੋਕ ਸਭਾ ਚੋਣਾਂ ਦੇ ਵਿੱਚ ਦੇਣਗੇ, ਮੌਕਾ ਤਾਂ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ, ਲੇਕਿਨ ਸਵਾਲ ਇੱਥੇ ਇਹ ਉੱਠ ਰਿਹਾ ਕਿ ਆਮ ਆਦਮੀ ਪਾਰਟੀ ਜੋ ਆਪਣੇ ਕੰਮਾਂ ਨੂੰ ਲੈ ਕੇ ਔਰ ਜੋ ਪੋਲੀਟਿਕਸ ਨੂੰ ਲੈ ਕੇ ਉਹ ਆਈ ਸੀਗੀ ਹੋਣ ਦੇ ਵਿੱਚ, ਕੀ ਅੱਜ ਉਹ ਉਨੀ ਗੱਲਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ, ਕੀ ਅੱਜ ਉਨੀ ਗੱਲਾਂ ਦੇ ਉੱਤੇ ਉਹ ਸਟੈਂਡ ਕਰਦੀ ਹੈ ਕਿ ਨਹੀਂ? ਅੱਜ ਇਹ ਸਵਾਲ ਬਣੇ ਹੋਏ। ਠੀਕ ਹੈ ਜੀ, ਤੁਸੀਂ ਇੱਕ ਇੱਕ ਮੇਰੀ, ਚਲੋ 2 ਮਿੰਟ ਜ਼ਿਆਦਾ ਲਊਂਗਾ ਤੁਹਾਡੇ ਜੀ ਜੀ। ਪਹਿਲਾਂ ਸਰਕਾਰ ਪੰਜਾਬ ਦੇ ਵਿੱਚ ਇੱਕ BSP ਆਈ ਸੀ ਜੀ, BSP ਆਈ ਸੀ, ਉਹਨਾਂ ਨੇ ਬੜਾ ਜ਼ੋਰ ਲਾਇਆ, ਉਹਨਾਂ ਦੇ ਮੈਂਬਰ ਵੀ ਬਣੇ ਜੀ। ਕਾਂਗਰਸ ਤੇ ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਹੋ ਗਈ ਕਿ ਉਹਨਾਂ ਨੂੰ ਖਰੀਦਣ ਲਈ, ਉਹ ਸਾਰੇ ਬੈਂਕ ਹੈ ਜੀ, 0 ਛੁਪਾਇਆ ਹੋ ਗਿਆ ਜੀ। ਇਸ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਖਰੀਦਣ ਤੇ ਅਰਬਾਂ ਖਰਬਾਂ ਰੁਪਈਆ ਲੱਗ ਗਿਆ ਜੀ, ਇਹ ਨਹੀਂ ਖੜਨੇ ਚਾਹੀਦੇ ਕਿ ਪੈਸੇ ਬਦਲੇ ਪੈਸੇ ਨਾਲ ਉਹ ਤੋੜਨਾ ਚਾਹੁੰਦੇ ਆ। ਓਕੇ, ਤੇ ਤੁਹਾਨੂੰ ਲੱਗਦਾ ਕਿ ਜਿਹੜਾ EC ਦਾ ਨੋਟਿਸ ਕਰਦੇ ਆ ਠੀਕ ਆ ਜੀ, ਤੁਹਾਨੂੰ ਲੱਗਦਾ ਕਿ ਜਿਹੜਾ EC ਦਾ ਨੋਟਿਸ ਆਇਆ, ਕੇਂਦਰ ਸਰਕਾਰ ਦਾ ਨੋਟਿਸ ਜਿਹੜਾ ਆਇਆ,
ਉਹ ਜਿਹੜੀ ਡਿਸਕ੍ਰਿਪੈਂਸੀਜ਼ ਆ ਰਹੀਆਂ ਉਹ ਸਵਾਲ ਹੈ ਪੁੱਛੇ ਜਾ ਰਹੇ ਨੇ ਕਿ ਤੁਹਾਨੂੰ ਚੰਦਾ ਕਿੱਥੋਂ ਆਇਆ ਇੰਨਾ ਸਾਰਾ, ਔਰ ਜੋ ਕਿ ਆਮ ਆਦਮੀ ਪਾਰਟੀ ਹਜੇ ਨਹੀਂ ਦੱਸ ਪਾ ਰਹੀ, 20 ਦਿਨਾਂ ਦਾ ਉਹਨਾਂ ਨੂੰ ਅਲਟੀਮੇਟਮ ਵੀ ਦਿੱਤਾ ਗਿਆ, ਅਤੇ ਤੁਹਾਨੂੰ ਲੱਗਦਾ ਕਿ ਉਹ ਚੰਦਾ ਬਿਲਕੁਲ ਠੀਕ ਹੋਏਗਾ, ਉਹਨਾਂ ਨੂੰ ਲੋਕਾਂ ਨੇ ਦਿੱਤਾ ਹੋਣਾ, ਕੋਈ ਕਰਪਸ਼ਨ ਨਹੀਂ ਹੋਏਗੀ, ਸਭ ਕੁਝ ਬਿਲਕੁਲ ਠੀਕ ਚੱਲ ਰਿਹਾ ਜਿਵੇਂ ਉਹ ਸੋਚ ਕੇ ਆਏ ਸੀ? ਲੋਕਾਂ ਨੇ ਭਾਈ ਦਿੱਤਾ ਹੋਊਗਾ ਜੀ। ਦੂਜੀ ਗੱਲ, ਅੱਜ ਤੱਕ ਬੀਜੇਪੀ ਦਾ ਚੰਦਾ ਕਿਸੇ ਨੇ ਦੱਸਿਆ? ਜੀ 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 ਜੀ। ਕਾਂਗਰਸ ਦਾ ਚੰਦਾ ਕਿਸੇ ਨੇ ਦੱਸਿਆ? ਜੀ ਜੀ। ਅਕਾਲੀ ਦਲ ਦਾ ਚੰਦਾ ਦੇਖਿਆ? ਇੰਗਲੈਂਡ ਵਿੱਚੋਂ ਅਰਬਾਂ ਖਰਬਾਂ ਰੁਪਈਆ ਜਾਂਦਾ ਅਕਾਲੀ ਦਲ ਨੂੰ ਡੋਨੇਸ਼ਨ ਲਈ। ਕਈ ਏਦਾਂ ਦੀਆਂ ਪਾਰਟੀਆਂ ਜਿਹੜੀਆਂ ਆ ਕਿ ਗੁਰਦੁਆਰੇ ਦੇ ਮੈਂਬਰ ਹੋਣ ਵਾਸਤੇ ਆਪਣੇ ਹੋਟਲ ਚੰਡੀਗੜ੍ਹ ਦੇ ਵਿੱਚ ਖੋਲਣ ਵਾਸਤੇ ਉਹਨਾਂ ਨੂੰ 100 ਕਰੋੜ ਰੁਪਈਆ ਡੋਨੇਸ਼ਨ ਦੇ ਰਹੀ ਪਾਰਟੀ ਲਈ। ਜੀ ਜੀ। I think that that is a valid question of yours. I must appreciate this. ki ek sawal ithe eh vi zarur khada hunda hai. dekho hun gallan to hi sade darshakan to gallan vi nikaldiyan han ki unna ne kaha ki bhai jive hun kendra sarkar ne chahe kendra sarkar da dabav ho sakda hai lekin notice jehda hai election commission de vallon aaya income tax department mein vi ede vich litta gaya si ga loop de vich te income tax department ne kithe na kithe ec nu ditta ec ne fir ਇਹ ਆਮ ਆਦਮੀ ਪਾਰਟੀ ਦੇ ਸੰਗਿਆਨ ਦੇ ਵਿੱਚ ਲੈ ਕੇ ਆਉਂਦਾ ਅਤੇ ਅੱਜ ਸਵਾਲ ਇੱਥੇ ਉੱਠਦੇ ਨੇ ਕਿ ਕਿਉਂ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਬਕਾਇਦਾ ਇੱਕ ਨੋਟਿਸ ਜਾਰੀ ਕੀਤਾ ਗਿਆ? ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਇਹ ਵੀ ਵੱਖ ਮੇਜਰ ਪਾਰਟੀਆਂ ਹਨ, ਕਿਉਂ ਨਹੀਂ ਇਹਨਾਂ ਦਾ ਵੀ ਜਿਹੜਾ ਚੰਦਾ ਹੈਗਾ ਫੰਡਸ ਹੈਗੇ ਉਹ ਜਨਤਕ ਕਿਉਂ ਹੁੰਦਾ? ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ? ਇਹਦੇ ਪਿੱਛੇ ਤਾਂ ਇੱਕ ਬੜੀ ਵੱਡੀ ਰਾਜਨੀਤੀ ਹੈ। ਬਾਕੀ ਪਾਰਟੀਆਂ ਨੇ ਰਿਫਿਊਜ਼ ਕੀਤਾ ਕੁਛ ਹੱਦ ਤੱਕ, ਉਹਨਾਂ ਨੇ ਨਹੀਂ ਜਨਤਕ ਹੋਣ ਤੋਂ ਰਾਜ਼ੀ ਨਹੀਂ ਹੋਏ। ਸਵਾਲ ਹੈ ਉੱਠਦਾ ਹਰਕੀਰਤ ਕਿ ਕਿਹੜੀ ਪਾਰਟੀ ਹੈ ਜਿਹਨੇ ਛਾਤੀ ਠੋਕ ਠੋਕ ਕੇ ਟਰਾਂਸਪੇਰੈਂਸੀ ਦਾ ਦਾਅਵਾ ਕੀਤਾ? ਕਿਹੜੀ ਪਾਰਟੀ ਹੈ ਜਿਹਨੇ ਕਿਹਾ ਕਿ ਇੱਕ ਇੱਕ ਪੈਸੇ ਦਾ ਅਸੀਂ ਹਿਸਾਬ ਦੇਵਾਂਗੇ? ਹੁਣ ਕਿਹੜੀ ਪਾਰਟੀ ਹੈ ਜਿਹਦੇ ਉੱਤੇ ਹੇਰਾਫੇਰੀ ਦੇ ਆਰੋਪ ਲੱਗ ਰਹੇ ਨੇ? ਕਿਹੜੀ ਪਾਰਟੀ ਹੈ ਜਿਹਦੇ ਉੱਤੇ ਇਨਕਮ ਟੈਕਸ ਵਾਲੇ ਜਾਂ ਇਲੈਕਸ਼ਨ ਕਮਿਸ਼ਨ ਸਵਾਲ ਚੁੱਕ ਰਹੇ ਨੇ? ਇੱਥੋਂ ਤੱਕ ਵੀ ਇਲਜ਼ਾਮ ਲੱਗੇ ਨੇ ਕਿ ਇਹਨਾਂ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਦੇ ਹਵਾਲਾ ਓਪਰੇਟਰਸ ਨੇ ਜਿਹੜੇ ਕੰਫਰਟੇਬਲ ਐਂਟਰੀਜ਼ ਹੁੰਦੀਆਂ ਨੇ ਉਹਦੇ ਥਰੂ ਪੈਸੇ ਟ੍ਰਾਂਸਫਰ ਹੋਏ ਨੇ। ਨਾਓ ਲੈਟ ਦੇਮ ਆਨਸਰ। ਜਦੋਂ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ, ਵੱਡੇ ਵੱਡੇ ਟਰਾਂਸਪੇਰੈਂਸੀ ਦੇ ਦਾਅਵੇ ਕਰਦੇ ਹੋ ਕਿ ਅਸੀਂ ਤਾਂ ਪੂਰਾ ਸਿਸਟਮ ਹੀ ਹਿਲਾ ਕੇ ਰੱਖ ਦਾਂਗੇ, ਪੂਰਾ ਨੀਟ ਐਂਡ ਕਲੀਨ ਕਰ ਦਾਂਗੇ, ਉਸ ਤੋਂ ਥੋੜ੍ਹੇ ਹੀ ਦਿਨ ਬਾਅਦ ਤੁਹਾਡੇ ਤੋਂ ਤੇ ਇਹ ਇਲਜ਼ਾਮ ਲੱਗਣ ਕਿ ਹਵਾਲਾ ਓਪਰੇਟਰ ਦੇ ਥਰੂ ਪੈਸੇ ਟ੍ਰਾਂਸਫਰ ਹੋਏ ਹੋ ਸਕਦੇ ਆ, ਤੁਸੀਂ ਇਹ ਕਰ ਸਕਦੇ? ਮਤਲਬ ਦੇਰ ਆਰ 100 ਥਿੰਗਸ। ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ, ਮੈਂ ਇੱਕ ਸਵਾਲ ਹੈ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਅੱਜ ਜਿੰਨੇ ਵੀ ਸੰਕਟਾਂ ਦੇ ਵਿੱਚ, ਜਿੰਨੀਆਂ ਵੀ ਪਰੇਸ਼ਾਨੀਆਂ ਦੇ ਵਿੱਚ ਘਿਰੀਆਂ ਹੋਈਆਂ, ਕਿਆ ਸਾਰੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੇ ਖੜੀਆਂ ਕੀਤੀਆਂ ਉਹਨਾਂ ਵਾਸਤੇ? ਇਹਨਾਂ ਦੇ ਆਪਣੇ ਲੀਡਰਾਂ ਨੇ, ਇਹਨਾਂ ਦੇ ਆਪਣੇ ਈਗੋ ਦੀ ਲੜਾਈਆਂ ਨੇ, ਇਹਨਾਂ ਦੇ ਆਪਣੇ ਸੰਜੇ ਸਿੰਘ, ਦੁਰਗੇਸ਼ ਪਾਠਕ ਵਰਗੇ ਉਹਨਾਂ ਬੰਦਿਆਂ ਨੇ ਇਲੈਕਸ਼ਨਾਂ ਦੇ ਵਿੱਚ ਜਦੋਂ ਟਿਕਟਾਂ ਵੰਡੀਆਂ, ਟਿਕਟ ਵੰਡਣ ਤੋਂ ਲੈ ਕੇ ਹੋ ਗਿਆ ਸੀ ਇਹਨਾਂ ਨੇ ਪੈਸੇ ਲਏ ਹੈ, ਤੇ ਸਵਾਲ ਤੇ ਇਹਨਾਂ ਦੇ ਆਪਣੇ ਜਿਹੜੇ ਨੇਤਾ ਦੇ, ਇਹਨਾਂ ਦੇ ਚਰਿੱਤਰ ਕਿਹੜੇ ਸਾਫ਼ ਨਿਕਲੇ ਆ? ਆਪਣੀ ਨੀਅਤ ਤੇ ਸਾਫ਼ ਹੈ ਨਹੀਂ ਸੀ। ਸਵਾਲ ਅਸੀਂ ਇਹੀ ਡਿਸਕਸ ਕਰਨ ਵਾਸਤੇ ਬੈਠੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਸੀ, ਅੱਜ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਰਹੇ, ਤੇ ਹੁਣ ਕਿਉਂ ਨਹੀਂ ਜਵਾਬ ਦਿੰਦੇ ਹੋ? ਜੀ 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 ਜੀ। ਮੇਰੇ ਨਾਲ ਕਾਲਰਸ ਕਾਫੀ ਸਾਰੇ ਜੁੜੇ ਹੋਏ ਹਨ, ਉਹਨਾਂ ਦੇ ਵੀ ਵਿਚਾਰ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਹਾਂਜੀ, ਛੋਟੇ ਭਾਈ ਹਰਗੀਤ, ਛੋਟੇ ਭਾਈ ਜਿਵੇਂ ਸ਼ਰਮਾ ਜੀ, ਪਿਆਰ ਭਰੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ ਬਿਲਕੁਲ ਜੀ, ਚੜ੍ਹਦੀ ਕਲਾ ਤੁਹਾਨੂੰ ਜਿੱਦਾਂ ਕਹਿੰਦੇ ਦਰਸ਼ਨ ਕਰਕੇ ਚੜ੍ਹਦੀ ਕਲਾ ਇੱਕਦਮ ਹੋ ਜਾਂਦੀ ਹੈ। ਨਹੀਂ ਨਹੀਂ ਮੱਖਣ ਸਿੰਘ ਜੀ, ਤੁਹਾਡੇ ਤੁਹਾਡੇ ਫੋਨ ਦਾ ਇੰਤਜ਼ਾਰ ਸਾਨੂੰ ਮੁੱਦੇ ਦੇ ਵਿੱਚ ਰਹਿੰਦਾ ਹੈ, ਔਰ ਜਦ ਤੁਹਾਡੀ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਅੱਜ ਦੇ ਮੁੱਦੇ ਦੇ ਵਿੱਚ ਕੁਛ ਤੁਸੀਂ ਜ਼ਰੂਰ ਲਿਖ ਕੇ ਲਿਆਏ ਹੋ। ਹਾਂਜੀ ਦੇਖੋ, ਮੈਂ ਇਹ ਕਹਿੰਦਾ ਕਿ ਇੱਕ ਗੁਲਾਬ ਦਾ ਫੁੱਲ ਆ, ਜਿੱਦਾਂ ਖਿੜ ਖਿੜਿਆ, ਜਦੋਂ ਗੁਲਾਬ ਦਾ ਫੁੱਲ ਖਿੜਦਾ ਦੁਨੀਆਂ ਦੇਖਦੀ ਆ। ਜੀ ਜੀ। ਉਹਦੀ ਰੱਖਿਆ ਲਈ ਆਲੇ ਦੁਆਲੇ ਕੰਡੇ ਉਹਨੂੰ ਲੱਗੇ ਹੁੰਦੇ ਆ। ਜੀ ਜੀ ਜੀ। ਪਰ ਜਦੋਂ ਕੰਡੇ ਹੀ ਗੁਲਾਬ ਦੇ ਫੁੱਲ ਦੇ ਦੁਸ਼ਮਣ ਹੋ ਜਾਣਾ ਤੇ ਦੱਸੋ, ਗੁਲਾਬ ਨੇ ਤਾਂ ਝੜਨਾ ਹੀ ਝੜਨਾ ਆ। ਜੀ ਜੀ ਜੀ। ਉੱਥੇ ਦੇਖੋ ਮੈਂ ਚਾਰ ਸਕਦਾ ਕਿ ਕੋਮਲ ਪੰਖੜੀਆਂ ਝੜ ਝੜ ਕੇ ਖੇਰੂ ਖੇਰੂ ਹੋ ਗਈਆਂ ਨੇ, ਉਹ ਵਾਂਗ ਬਰੰਗੀ ਮਹਿੰਦੀ ਤਸ ਤੋਂ ਡਿੱਗ ਜਿਵੇਂ ਪਰ ਆ ਪਈਆਂ ਨੇ। ਜੀ ਇਹ ਆਮ ਆਦਮੀ ਪਾਰਟੀ ਦੀ ਗੱਲ ਆ ਕਿ ਕਹਿੰਦਾ ਪੱਖੀ ਵਾਂਗ ਨਿਚੜ ਕੇ ਹੁਣ ਦੇਹੀ ਪੁਰਜਾ ਪੁਰਜਾ ਹੋਈ, ਕੋਈ ਹਸਰਤ ਭਰੀ ਨਿਗਾਹ ਥੀ ਤੱਕੇ ਪਰ ਅੱਗੋਂ ਨਾ ਪੁੱਛੇ ਕੋਈ। ਜੀ ਜੀ ਜੀ। ਕਹਿੰਦਾ ਜ਼ਾਲਮ ਮਾਲੀ ਨੇ ਪੱਛਾਂ ਪਰ ਹੋਰ ਲੂਣ ਇੱਕ ਪਾ ਦਿੱਤਾ ਏ, ਉਹ ਝਾੜੂ ਮਾਰ ਬਗੀਚੇ ਵਿੱਚੋਂ ਇੱਕ ਕਿਨਾਰੇ ਲਾ ਦਿੱਤਾ। ਕਿਆ ਬਾਤ ਹੈ ਜੀ, ਉਹ ਸੋਹਣਾ ਲਿਖਿਆ ਜੀ। ਜੀ ਜੀ। ਹਾਂਜੀ ਇੱਕ ਅਸੀ ਰਹਿਣ ਕੇ ਚੂਪੇ ਪਾਨ ਵਾਂਗ ਹੁਣ ਪੁਸ਼ਪ ਨਮਾਣਾ ਕੂੜਾ ਹੋ ਕੇ, ਉਹ ਇੱਕ ਦਰਸ਼ਕ ਪਰ ਕੱਢ ਰਿਹਾ ਏ ਗੁੱਸਾ ਆਪਣਾ ਜੀ ਦਾ ਰੋ ਕੇ, ਉਹ ਦਰਸ਼ਕ ਕੌਣ ਆ ਸੁਖਬਾਲ ਖਹਿਰਾ ਜਿਹੜਾ, ਹੁਣ ਦੱਸੋ ਕਿਹੜੇ ਕੰਡੇ ਆ ਇਹਦੇ ਵਿੱਚ, ਕਿਹੜਾ ਗੁਲਾਬ ਆ, ਕੁਛ
ਸਾਨੂੰ ਤਾਂ ਕੁਛ ਪਤਾ ਨਹੀਂ ਲੱਗਦਾ ਜੀ, ਬਾਕੀ ਤੁਸੀਂ ਜਾਣਦੇ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ, ਮਿਹਰਬਾਨੀ ਤੁਹਾਡੀ, ਬਹੁਤ ਸੋਹਣਾ ਲਿਖਿਆ ਤੁਸੀਂ। ਹੋਰ ਵੀ ਕਾਲਰਸ ਹਨ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਹਰਦੇਵ ਬੋਲਦਾ ਇਲੈਕਸ਼ਨ ਤੋਂ। ਜੀ ਹਰਦੇਵ ਸਿੰਘ ਜੀ, ਠੀਕ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਭਾਈ ਸਾਹਿਬ ਨੂੰ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਬੈਠੇ ਪ੍ਰੈਸ ਹੋਲਡਰ। ਜੀ ਜੀ, ਮੈਂ ਸਲਾਹਕਾਰ ਸਿੰਘ ਮੁਸਾਫਰ ਦਾ ਲੜਕਾ, ਇੰਡੀਆ ਦੇ ਪ੍ਰੈਸ ਬੋਰਡ ਸੀ ਲੁਧਿਆਣੇ ਦੇ। ਅੱਛਾ, ਕੀ ਬਾਤ ਹੈ ਜੀ, ਕੀ ਬਾਤ ਹੈ, ਸਤਿ ਸ਼੍ਰੀ ਅਕਾਲ ਬੁਲਾਇਆ ਉਹਨਾਂ ਨੂੰ ਸਾਡੀ ਜੀ, ਸਾਡੇ ਸੀਨੀਅਰ ਕੇਸਰੀਵਾਲ ਨੇ ਚੰਗੇ ਕੰਮ ਵੀ ਕੀਤੇ ਨੇ, ਪਰ ਕੇਸਰੀਵਾਲ ਨੂੰ ਜਦੋਂ ਖਹਿਰੇ ਨੂੰ ਉਠਾਉਣ ਲੱਗੇ, ਚਾਬੀ ਲਈ ਜਿਹਦਾ ਤੁਸੀਂ ਦੱਸਦੇ ਪਏ ਹੋ, ਉਸ ਤੋਂ ਪਹਿਲਾਂ ਉਹਨਾਂ ਫਰਜ਼ ਨਹੀਂ ਸੀ। ਬੰਦਾ ਪੰਜਾਬ 'ਚ ਜਾ ਕੇ ਹਾਲਾਤ ਦੇਖਦਾ, ਉਹਨਾਂ ਨਾਲ ਗੱਲਬਾਤ ਕਰਦਾ ਕਿ ਵਜ੍ਹਾ ਕੀ ਹੈ। ਆਈ ਥਿੰਕ ਵੈਲਿਡ ਵੈਲਿਡ ਕੁਐਸਚਨ। ਅੰਤ ਮਾਨ ਹੈ ਇੱਕ, ਜਿਹਦਾ ਤੁਸੀਂ ਛੁੱਟਲਾ ਕਹਿੰਦੇ ਹੋ ਨਾ, ਇਹਦੇ ਵਿੱਚ ਕੋਈ ਕਲਾਕਾਰ ਨੇ ਜੇ ਕੋਈ ਸਿਆਸਤ ਵਾਲੀ ਇਹਦੀ ਕੋਈ ਗੱਲ ਨਹੀਂ ਹੈਗੀ ਜੀ 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 ਜੀ, ਪਰ ਨਾ ਹੀ ਇਹਨੂੰ ਕੋਈ ਨੌਲੇਜ ਹੈ, ਨਾ ਹੀ ਹੁਣ ਛੁੱਟਲਾ ਪਿੱਛੇ ਜੇ ਆਪਣਾ ਇਹਨਾਂ ਨੇ ਕਾਲਜ ਵਿੱਚ ਸ਼ੋਅ ਕੀਤਾ ਸੀ, ਉੱਥੇ ਛੁੱਟਲੇ ਕੁੜੀਆਂ ਨੇ ਸੁਣਾ ਸੁਣਾ ਕੇ ਆਪਣਾ ਟਾਈਮ ਪਾਸ ਕਰਨਾ। ਪਰ ਮੇਰੇ ਖਿਆਲ ਵਿੱਚ ਆਮ ਪਾਰਟੀ ਦੇ ਵਿੱਚ ਜਦੋਂ ਹੋਣ ਦੇ ਚਾਹੀਦੇ ਨਾ, ਉਹਦੇ ਵਿੱਚ ਕਈ ਬੰਦੇ ਦੂਸਰੀ ਅਕਾਲੀ ਦਲ ਦੇ ਕਾਂਗਰਸ ਵਿੱਚ ਮਿਲ ਕੇ ਆ ਗਏ ਅੰਦਰ, ਉਸ ਕਰਕੇ ਪਾਰਟੀ ਖੇਰੂ ਖੇਰੂ ਹੋ ਗਈ। ਅਗਰ ਸਾਰੇ ਬੰਦੇ ਖਹਿਰਾ ਵਰਗੇ ਹੁੰਦੇ ਨਾ, ਜੋ ਖਹਿਰਾ ਅੱਜ ਬੋਲਦਾ ਸਿਰ ਚੜ ਕੇ, ਉਹਦੇ ਵਰਗਾ ਬੰਦਾ ਨਹੀਂ ਕੋਈ ਹੋਣਾ ਮੇਰੇ ਹਿਸਾਬ ਨਾਲ। ਜੀ 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 ਜੀ, ਪਰ ਮੈਂ ਕਹਿੰਦਾ ਵਾਹਿਗੁਰੂ ਦੇ ਰਾਖਦਾ, ਕੇਸਰੀਵਾਲ ਅਗਰ ਦਿੱਲੀ 'ਚ ਉਹਨੇ ਕੰਮ ਕੀਤੇ ਨੇ ਤਾਂ ਪੰਜਾਬ ਵੀ ਤਾਂ ਉਹਦਾ ਹਿੱਸਾ ਨਾ, ਜੇ ਆਮ ਪਾਰਟੀ ਉਹ ਖਾਲੀ ਜੇ ਆਪਾਂ ਦਿੱਲੀ 'ਚ ਕਹੀਏ ਜੀ ਉਹਨੇ ਕੰਮ ਵਧੀਆ ਕਰਤੇ, ਤਾਂ ਪੰਜਾਬ 'ਚ ਕਿੰਨੇ ਕਰਨੇ ਨੇ? ਬਹੁਤ 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 ਵੱਡਾ ਸਵਾਲ ਤੁਸੀਂ ਚੁੱਕਿਆ ਔਰ ਬਹੁਤ ਲਾਜ਼ਮੀ ਸਵਾਲ ਤੁਸੀਂ ਚੁੱਕਿਆ ਜੀ। ਹਾਂ, ਉਹ ਕੇਸਰੀਵਾਲ ਨੂੰ ਚੁੱਕਣ ਵਾਲੇ ਅਸੀਂ ਲੋਕ ਹਾਂ, ਅਸੀਂ ਉਹਨੂੰ ਸਪੋਰਟ ਕੀਤੀ ਦਿੱਲੀ ਵਿੱਚ ਹਿੰਦੂ ਮੁਸਲਮਾਨਾਂ ਸਿੱਖਾਂ ਸਾਰਿਆਂ ਨੇ। ਜੀ ਜੀ, ਇੱਕ ਨਵਾਂ ਇੱਕ ਯੁੱਗ ਆਏਗਾ, ਪਰ ਉਹਦੇ ਵਿੱਚ ਕਈ ਮੈਂ ਕਿਹਾ ਜਲਦਬਾਜ਼ੀ ਵਿੱਚ ਬੰਦੇ ਇੱਦਾਂ ਦੇ ਵਿੱਚ ਐਂਟਰ ਹੋ ਗਏ, ਅਕਾਲੀਆਂ ਦੇ ਲਾ ਲਓ ਜਾਂ ਕਾਂਗਰਸ ਲਾ ਲਓ, ਜਿਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹ ਪਾਰਟੀ ਅੱਗੇ ਨਾ ਆਵੇ, ਅੱਗੇ ਨਾ ਆਵੇ, ਫਰੰਟ ਦੇ ਵਿੱਚ ਨਾ ਆਵੇ। ਇਸ ਕਰਕੇ ਪਾਰਟੀ ਨੇ ਜਲਦਬਾਜ਼ੀ ਵਿੱਚ ਜਿੱਦਾਂ ਛੋਟੇਪੁਰ ਨੇ ਚੱਕਰ ਚਲਾਇਆ, ਦੂਜੇ ਚਲਾਇਆ, ਪਰ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਰਹਿੰਦੇ ਨਾ, ਅੱਜ ਮੁੱਖ ਮੰਤਰੀ ਪੰਜਾਬ ਦਾ ਆਮ ਪਾਰਟੀ ਦਾ ਰਾਜ ਹੋਣਾ ਸੀ। ਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੰਭਾਲ ਨਹੀਂ ਪਾਏ, ਸਾਂਭ ਸੰਭਾਲ ਨਹੀਂ ਕਰ ਪਾਏ ਪਾਰਟੀ ਦੀ, ਅਗਰ ਉਹ ਕਰ ਸਕਦੇ ਸੀ? ਬਿਲਕੁਲ ਨਹੀਂ ਕਰ ਪਾਏ, ਉਹਨਾਂ ਨੇ ਚੀਜ਼ ਸੋਚੀ ਨਹੀਂ। ਉਹ ਸੋਚਦੇ ਸੀ ਕਿ ਮੈਂ ਦਿੱਲੀ ਦਾ ਬਾਦਸ਼ਾਹ ਬਣ ਗਿਆ ਤੇ ਠੀਕ ਹੈ, ਪੰਜਾਬ 'ਚ ਜੋ ਚੱਲਦਾ ਚੱਲੀ ਹੈ, ਪਰ ਉਹਨੇ ਟਾਈਮ ਨਹੀਂ ਦਿੱਤਾ ਪੰਜਾਬ ਨੂੰ। ਅਗਰ ਪੰਜਾਬ ਨੂੰ ਟਾਈਮ ਦਿੱਤਾ ਹੁੰਦਾ ਤੇ ਅੱਜ ਪੰਜਾਬ ਦਾ ਹਾਲ ਇਹ ਨਹੀਂ ਸੀ ਹੋਣਾ ਜੋ ਹੁਣ ਹੋ ਰਿਹਾ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਰੱਖੀ। ਇੱਕ ਮੀਡੀਆ ਦੇ ਰਿਪੋਰਟਸ ਦੇ ਵਿੱਚ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਬੇਦਬੀ ਮਾਮਲਿਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਕੋਈ ਹਜੇ ਤੱਕ ਆਫੀਸ਼ੀਅਲ ਬਿਆਨ ਉਹ ਵੀ ਸਾਹਮਣੇ ਨਹੀਂ ਆਇਆ, ਉਹਦਾ ਕੀ ਕਾਰਨ ਹੋ ਸਕਦਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ।